ਮੇਰਾ ਨਾਮ ਧਰਮਵੀਰ ਹੈ ਜੀ, ਪ੍ਰਜਾਪਤੀ। ਧਰਮਵੀਰ ਜੀ, ਅੱਜ ਬਾਜ਼ਾਰ ਦੇ ਵਿੱਚ ਪਹੁੰਚੇ ਹੋ, ਦੀਵੇ ਵੰਡ ਰਹੇ ਹੋ, ਖੁਸ਼ੀ ਬਹੁਤ ਜ਼ਾਹਰ ਹੋ ਰਹੀ ਹੈ, ਕੀ ਕਹੋਗੇ? ਇਹ ਖੁਸ਼ੀ ਸਾਡੇ ਜੇ 22 ਤਰੀਕ ਨੂੰ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ, ਉਹਦੀ ਖੁਸ਼ੀ ਦੇ ਵਿੱਚ ਸਾਡਾ ਜਿਹੜਾ ਪੂਰਾ ਪ੍ਰਜਾਪਤ ਸਮਾਜ ਆ, ਉਹਨਾਂ ਨੇ ਇੱਕ ਮੀਟਿੰਗ ਕੀਤੀ ਗਈ, ਇਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇ। ਔਰ ਉਹਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ 'ਚ ਪ੍ਰਜਾਪਤ ਸਮਾਜ ਵੱਲੋਂ ਘਰ ਘਰ ਦੀਵੇ ਵੰਡੇ ਜਾ ਰਹੇ ਆ, ਤਾਂ ਕਿ ਹਰ ਘਰ ਦੇ ਵਿੱਚ ਦੀਪ ਮਾਲਾ ਹੋਵੇ 22 ਤਰੀਕ ਨੂੰ। ਕੋਈ ਵੀ ਘਰ ਉਹ ਜਿਹਾ ਨਾ ਹੋਵੇ ਜਿਹੜਾ ਉਸ ਦਿਨ ਦੀਪ ਮਾਲਾ ਬਿਨਾਂ ਤੋਂ ਰਹਿ ਜਾਵੇ। ਕਿੰਨੇ ਦੀਵੇ ਵੰਡੇ ਜਾ ਰਹੇ ਆ ਤੁਹਾਡੇ ਵੱਲੋਂ? ਅਸੀਂ ਇਹ 25,000 ਦੀਵਾ ਜਿਹੜਾ ਅਸੀਂ ਹੁਣ ਸਾਡਾ ਲੱਦਿਆ ਜੀ, ਜਿਹੜਾ ਰੇੜੇ 'ਤੇ ਅਸੀਂ ਲੱਦ ਕੇ ਪ੍ਰਜਾਪਤ ਸਮਾਜ ਵੱਲੋਂ ਵੰਡ ਰਹੇ ਹਾਂ ਸ਼ਹਿਰ 'ਚ, ਬਾਕੀ ਅਸੀਂ ਮੁਹੱਲਿਆਂ 'ਚ ਵੀ ਵੰਡ ਰਹੇ ਹਾਂ। 25,000 ਦੀਵਾ ਸਾਡਾ ਲਕਸ਼ ਹੈ, ਹਰ ਸ਼ਹਿਰ 'ਚ ਹਰ ਘਰ ਨੂੰ ਵੰਡਿਆ ਜਾਵੇ। ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ। ਮਨੀਸ਼ ਜੀ, ਅੱਜ ਪ੍ਰਜਾਪਤ ਬਰਾਦਰੀ ਦੇ ਲੋਕ ਹੈ, ਘਰ ਘਰ ਦੀਵੇ ਜਿਹੜੇ ਵੰਡ ਰਹੇ ਆ, ਬਾਜ਼ਾਰ ਦੇ ਵਿੱਚ ਵੀ ਵੰਡ ਰਹੇ, ਤੁਹਾਨੂੰ ਵੀ ਅੱਜ ਜਿਹੜੇ ਦੀਵੇ ਦਿੱਤੇ ਗਏ ਆ, ਕੀ ਕਹੋਗੇ? ਮੈਂ ਇਹਦੇ ਬਾਰੇ, ਲੋਕ ਤਾਂ ਪਹਿਲਾਂ ਤਾਂ ਸਾਰੇ ਸਮਾਜ ਨੂੰ, ਸਾਰੇ ਹਿੰਦੁਸਤਾਨ ਨੂੰ, ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ, ਜੈ ਸੀਆ ਰਾਮ। ਉਸ ਤੋਂ ਬਾਅਦ ਜਿਹੜੀ ਅੱਜ ਦੀਵੇ ਵੰਡਣ ਦੀ ਮੁਹਿੰਮ ਪ੍ਰਜਾਪਤ ਸਮਾਜ ਵੱਲੋਂ ਚਲਾਈ ਗਈ ਹੈ, ਇਹ ਬੜੀ ਖੁਸ਼ੀ ਦਾ ਮਾਹੌਲ ਬਣਿਆ। ਜੋ ਰਾਮ ਮੰਦਿਰ ਬਣ ਰਿਹਾ, 500 ਸਾਲ ਦੀ ਮਿਹਨਤ ਬਲੀਦਾਨ ਸਦਕਾ ਵੀ ਇਹ ਜਿਹੜਾ ਮੰਦਿਰ ਬਣ ਰਿਹਾ, ਉਸ ਖੁਸ਼ੀ ਦੇ ਵਿੱਚ ਲੋਕ ਆਪੋ ਤਾਪੀ ਇਸ ਗੱਲ 'ਤੇ ਲੱਗੇ ਆ ਵੀ ਕੋਈ ਕਹਿੰਦਾ ਦੀਵੇ ਜਗਾਈਏ, ਕੋਈ ਕਹਿੰਦੇ ਆ ਸਫਾਈ ਕਰੀਏ, ਕੋਈ ਕਿਸੇ ਵੀ ਹਰ ਤਰ੍ਹਾਂ ਦੀ ਆਪਦੀ ਖੁਸ਼ੀ ਨਾਲ ਲੋਕ ਲੱਗੇ ਹੋਏ ਆ। ਲੋਕ ਕਹਿੰਦੇ ਸ਼ੀਤ ਲਹਿਰ ਹੈ, ਪਰ ਮੈਂ ਕਹਿੰਦਾ ਇਹ ਰਾਮ ਲਹਿਰ ਹੈ, ਇਹ ਰਾਮ ਚੰਦਰ ਜੀ ਦਾ ਪ੍ਰਤਾਪ ਹੈ। ਇੰਨੀ ਠੰਡ ਦੇ ਵਿੱਚ ਬੱਚੇ ਬਜ਼ੁਰਗ ਸਭ ਸ਼ਹਿਰ ਦੇ ਵਿੱਚ ਦੀਵੇ, ਮੋਮਬੱਤੀਆਂ, ਲੜੀਆਂ, ਝੰਡੇ, ਡੰਡੇ ਸਭ ਕੁਛ ਮਤਲਬ ਲਾ ਰਹੇ ਨੇ, ਬੜੀ ਖੁਸ਼ੀ ਦਾ ਮਾਹੌਲ ਹੈ। ਪਹਿਲਾਂ ਸਾਲ ਦੇ ਵਿੱਚ ਇੱਕ ਦੀਵਾਲੀ ਆਉਂਦੀ ਸੀ, ਪਰ ਹੁਣ ਜਿਹੜੇ ਰਾਮ ਭਗਤ ਆ, ਰਾਮਦੂਤ, ਉਹਨਾਂ ਵੱਲੋਂ ਦੀਵੇ ਵੰਡ ਕੇ ਦੀਵਾਲੀ ਜਿਹੜੀ ਨਵੀਂ ਜਿਹੜੀ ਲਿਆਂਦੀ ਜਾ ਰਹੀ। ਦੇਖੋ, ਇਹ ਬੜੀ ਖੁਸ਼ੀ ਦਾ ਮਾਹੌਲ ਹੈ। 500 ਸਾਲ ਇੱਕ ਮੁਗਲ ਬਾਦਸ਼ਾਹ ਨੇ ਜੋ ਤਸ਼ੱਦਦ ਕੀਤੀ ਸੀ 500 ਸਾਲ ਪਹਿਲਾਂ, ਉਸ ਨੂੰ ਅੱਜ 2024 ਦੇ ਵਿੱਚ ਉਹ ਸੁਪਨਾ ਹਿੰਦੂ ਸਮਾਜ ਦਾ ਸਾਕਾਰ ਹੋ ਰਿਹਾ ਹੈ। 70 ਸਾਲ ਸਾਨੂੰ ਆਜ਼ਾਦ ਹੋਇਆ ਨੂੰ ਹੋ ਗਏ ਆ, ਪਰ ਕਿਸੇ ਵੀ ਸਰਕਾਰ ਨੇ ਇਹ ਗੱਲ ਨਹੀਂ ਸੋਚੀ ਵੀ ਹਿੰਦੂਆਂ ਦੀ ਆਸਥਾ ਉਸ ਮੰਦਿਰ ਦੇ ਨਾਲ, ਉਸ ਜਗ੍ਹਾ ਦੇ ਨਾਲ ਜੁੜੀ ਵੀ ਹੈ, ਵੀ ਉਹਨੂੰ ਸਾਕਾਰ ਕੀਤਾ ਜਾਵੇ। ਮੈਂ ਧੰਨਵਾਦ ਕਰਦਾ ਮੋਦੀ ਸਰਕਾਰ ਦਾ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ, ਜਿਹਨੇ ਹਿੰਦੂਆਂ ਲਈ ਇਹ ਇੱਕ ਸੁਪਨਾ ਸੀਗਾ ਉਹਨੂੰ ਸਾਕਾਰ ਕੀਤਾ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਰਾਮ ਸਰੂਪ ਹੈ ਜੀ। ਰਾਮ ਸਰੂਪ ਜੀ, ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੋ, ਦੀਵੇ ਵੰਡ ਰਹੇ ਹੋ ਬਾਜ਼ਾਰ ਦੇ ਵਿੱਚ, ਕਿਹੜੀ ਖੁਸ਼ੀ ਦੇ ਵੰਡ ਰਹੇ? ਮੈਂ ਰਾਮ ਸਰੂਪ ਪ੍ਰਜਾਪਤੀ, ਕਿਉਂਕਿ ਅੱਗੇ ਸਾਲ 'ਚ ਇੱਕ ਦੀਵਾਲੀ ਹੁੰਦੀ ਸੀ, ਐਤਕੀ ਗੁਰੂ ਮਹਾਰਾਜ ਨੇ, ਸ਼੍ਰੀ ਰਾਮ ਚੰਦਰ ਭਗਵਾਨ ਨੇ ਇੰਨੀ ਕਿਰਪਾ ਕੀਤੀ ਹੈ, ਜਿਹੜਾ ਸਾਰਾ ਹਿੰਦੁਸਤਾਨ ਹੀ ਹੈ ਜਿਹੜਾ ਉਹ ਹਰਲੋ ਉਲਾਸ ਦੇ ਨਾਲ ਇਹ ਦੀਵਾਲੀ ਮਨਾ ਜਾ ਰਿਹਾ। ਅਸੀਂ ਉਸ ਖੁਸ਼ੀ ਦੇ ਵਿੱਚ ਹੀ 25,000 ਦੀਵੇ ਆਪਣੇ ਰੇੜੇ 'ਤੇ ਲੱਦ ਕੇ ਪੂਰੇ ਬਾਜ਼ਾਰ ਦੇ ਵਿੱਚ, ਅਸੀਂ ਚਾਹੁੰਦੇ ਵੀ ਕੋਈ ਘਰ ਰਹਿ ਨਾ ਜਾਵੇ ਦੀਵੇ ਜਗਾਉਣ ਤੋਂ, ਅਸੀਂ ਚਾਹੁੰਦੇ ਖੁਸ਼ੀ ਖੁਸ਼ੀ ਆਪਣੇ ਘਰਾਂ 'ਚ ਦੀਵੇ ਜਗਾਓ ਅਤੇ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਓ। ਅਸੀਂ ਮੁਹੱਲਿਆਂ ਦੇ ਵਿੱਚ ਤਾਂ ਆਪਣੇ ਘਰਾਂ ਤੋਂ ਸਪਲਾਈ ਕਰੀ ਜਾਂਦੇ ਜੀ, ਅਤੇ ਹੁਣ ਅਸੀਂ ਮੇਨ ਬਾਜ਼ਾਰ ਦਾ ਇੱਕ ਮੁੱਦਾ ਬਣਾਇਆ ਸੀ, ਅਸੀਂ ਉਹ ਸ਼ੁਰੂ ਤੋਂ ਲੱਗੇ ਹਾਂ ਅਤੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਤੱਕ ਸਾਡੇ ਖਤਮ ਨਹੀਂ ਹੁੰਦੇ ਅਸੀਂ ਦੱਬੀ ਤੋਂ ਜਾਣਾ ਜੀ। ਤੁਹਾਡੇ ਵੱਲੋਂ ਪਹਿਲਾਂ ਅਕਸ਼ਤ ਜਿਹੜੀ ਸੇਵਾ ਨਿਭਾਈ ਗਈ, ਅਕਸ਼ਤ ਵੀ ਵੰਡੇ ਗਏ ਸੀ, ਕਾਰਡ ਵੀ ਵੰਡੇ ਗਏ, ਨਿਮੰਤਰ ਪੱਤਰ ਦਿੱਤਾ ਗਿਆ, ਜਾਂ ਦੀਵੇ ਵੰਡ ਰਹੇ ਹੋ, ਕੀ ਕਹੋਗੇ? ਪਰਮਾਤਮਾ ਕਰਾ ਰਿਹਾ ਜੀ ਸਾਰਾ ਕੁਛ, ਕਹਿੰਦੇ ਬਸ ਦੀ ਗੱਲ ਹੈ। ਅੱਜ ਪਰਮਾਤਮਾ ਨੇ ਇੰਨੇ ਜੋਗੇ ਕੀਤੇ ਆ ਅਤੇ ਸਾਰੇ ਖੁਸ਼ੀ ਖੁਸ਼ੀ ਆਹ ਕੰਮ ਅਸੀਂ ਕਰਨ ਜਾ ਰਹੇ ਹਾਂ। ਸਾਰੇ ਸਮਾਜ ਦੇ ਸਾਡੇ ਪ੍ਰਧਾਨ ਜੀ, ਧਰਮਵੀਰ ਜੀ, ਮਨੀਸ਼ ਮਹਿਰਾ ਜੀ, ਇੱਧਰ ਨਰੇਸ਼ ਕੁਮਾਰ ਜੀ, ਕਿੰਨੇ ਸਾਡੇ ਸਾਰੇ ਸਮਾਜ ਦੇ ਨਾਲ
ਖੁਸ਼ੀ ਦੇ ਵਿੱਚ ਸ਼ਾਮਿਲ ਹੋਏ ਆ। ਇਹ ਬਹੁਤ ਖੁਸ਼ੀ ਦਾ ਮੌਕਾ ਜੀ।